ਗੜੀ ਜੀ ਅੱਠ ਬੰਦੇ ਕਹਿ ਰਹੇ ਨੇ ਜੀ ਉਹ ਅੱਠ ਫਾਈਨਲ ਟੋਟਲ ਅੱਠ ਕੋਈ ਗੱਲ ਨਹੀਂ ਐਮ ਪੀ ਸਾਹਿਬ ਮੇਰੀ ਕੱਲੀ ਕੱਲੀ ਧੀ ਹੈ ਤੁਸੀਂ ਅੱਠ ਬੰਦਿਆਂ ਦੇ ਵੀਜ਼ੇ ਦਾ ਟੇਕ ਕੇਅਰ ਕਰ ਲਓ ਮੈਂ ਫਿਰ ਸੋਲਿਸਟਰ ਨਾਲ ਗੱਲ ਕਰਕੇ ਵੀਜ਼ਾ ਪ੍ਰੋਸੈਸ ਸ਼ੁਰੂ ਕਰ ਲੈਣਾ ਪਰ ਗੁਰਮਨ ਬੇਟਾ ਜੀ ਕਈ ਵਾਰੀ ਲੋਕੀ ਇੱਥੇ ਆ ਕੇ ਅੰਡਰਗਰਾਊਂਡ ਵੀ ਹੋ ਜਾਂਦੇ ਆ ਦੇਖਿਓ ਕਿਤੇ ਏਦਾਂ ਦੀ ਕੋਈ ਐਮ ਪੀ ਸਾਹਿਬ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਆਫੀਸਰ ਫੈਮਿਲੀ ਹੈ ਏਦਾਂ ਦੀ ਕੋਈ ਗੱਲ ਨਹੀਂ ਪਰ ਉਹ ਵੀਜ਼ੇ ਤਾਂ ਲੱਗ ਜਾਣਗੇ ਨਾ ਜੀ ਵੀਜ਼ੇ ਦੀ ਟੈਨਸ਼ਨ ਨਾ ਲਓ ਤੁਸੀਂ ਆਪਣੇ ਘਰਦਿਆਂ ਨੂੰ ਕਹੋ ਕਿ ਯੂਕੇ ਆਉਣ ਦੀ ਤਿਆਰੀ ਕਰਨ ਫਲਾਈਟ ਦਾ ਟਾਈਮ ਤਾਂ ਹੋ ਗਿਆ ਹਾਲੇ ਤੱਕ ਆਏ ਕਿਉਂ ਨਹੀਂ ਆਉਣ ਵਾਲੇ ਹੋਣੇ ਆ ਡੈਡੀ ਹਾਏ ਰੱਬਾ ਕੀ ਆਉਣ ਵਾਲੇ ਨਹੀਂ ਆ ਗਏ ਇਹ ਕੀ ਬਣ ਕੇ ਆ ਗਏ ਇਹ ਮਰਵਾਉਣਗੇ ਗੁਰਮਨ ਇਹ ਮੇਰੀ ਫੈਮਿਲੀ ਹੈ ਸ਼ੁਕਰ ਹੈ ਸ਼ੁਕਰ ਹੈ ਆ ਗਏ ਪਰ ਇਹ ਕੀ ਮੇਰੇ ਨਾਲ ਇੰਨਾ ਵੱਡਾ ਧੋਖਾ ਮੈਨੂੰ ਮਾਫ਼ ਕਰ ਦਿਓ ਡੈਡੀ ਜੀ ਬੇਟਾ ਜੀ ਤੁਸੀਂ ਕਿਉਂ ਮਾਫ਼ੀ ਮੰਗ ਰਹੇ ਹੋ ਤੁਸੀਂ ਤਾਂ ਕੋਈ ਗਲਤੀ ਕੀਤੀ ਨਹੀਂ ਇਕੱਲੇ ਇਕੱਲੇ ਨੂੰ ਦੇਖ ਲਾਂਗਾ ਤੁਸੀਂ ਵੇਚਣਾ ਆਇਆ ਅੱਠ ਬੰਦਿਆਂ ਦੀ ਗੱਲ ਹੋਈ ਸੀ ਦਿੱਖ ਸਿਰਫ ਚਿਹਰੇ ਹੈ ਬੈਂਡ ਵੀ ਨਹੀਂ ਦਿਖ ਰਿਹਾ ਪਰ ਮੈਨੂੰ ਤਾਂ ਅੱਠ ਹੀ ਦਿਖ ਰਿਹਾ ਡੈਡੀ ਜੀ ਅੱਠ ਦੀ ਗੱਲ ਹੋਈ ਸੀ ਇਹਨਾਂ ਅੱਠਾਂ ਦੇ ਵੀਜ਼ੇ ਮਸੀ ਲਵਾਏ ਜੀ ਬੈਂਡ ਵਾਲਿਆਂ ਦੇ ਕਿੱਥੋਂ ਲਵਾ ਲੈਂਦੇ ਅਸੀਂ ਵੀਜ਼ੇ ਮੈਂ ਫਿਰ ਵੀ ਮਾਫ਼ੀ ਮੰਗ ਲੈਣਾ ਮਾਫ਼ੀ ਤਾਂ ਮੈਂ ਇਹਨਾਂ ਤੋਂ ਮੰਗਵਾਵਾਂਗਾ ਡੈਡੀ ਹਾਂਜੀ ਗੱਲ ਅੱਠ ਬੰਦਿਆਂ ਦੀ ਹੋਈ ਸੀਗੀ ਆਏ ਛੇ ਬਸ ਜੀ ਦੋਨੋਂ ਲੂਜ਼ ਮੋਸ਼ਨ ਲੱਗੇ ਨੇ ਇਸ ਸਾਲ ਅੱਜ ਬੈਂਡ ਵਜਾਣਾ ਔਖਾ ਆ ਬੈਂਡ ਦੀ ਗੱਲ ਹੋ ਰਹੀ ਆ ਥੈਂਕ ਗੋਡ ਬਾਬਾ ਜੀ ਬਚ ਗਏ ਆਪਾਂ ਬਚ ਕੇ ਨੂੰ ਗਏ ਮਰ ਗਏ ਕਿਹੋ ਜਿਹੇ ਬਣ ਕੇ ਆ ਗਏ ਪਹਿਲਾਂ ਇਸ ਡੈਡੀ ਨੂੰ ਸਾਂਭਦੇ ਹਾਂ ਫਿਰ ਉਸ ਡੈਡੀ ਨੂੰ ਸਾਂਭਾਂਗੇ ਡੈਡੀ ਜੀ ਮੈਂ ਨਾ ਹੁਣੇ ਇੰਸਟਾਗ੍ਰਾਮ 'ਤੇ ਦੇਖਿਆ ਫਲਾਈਟ 2 ਘੰਟੇ ਲੇਟ ਹੋ ਗਿਆ ਉਹਨਾਂ ਨੇ ਲੇਟ ਹੋਣਾ ਤੁਸੀਂ ਚਲੇ ਜਾਓ ਇਹਦਾ ਮਤਲਬ ਹੈ ਮੈਨੂੰ ਆਪਣੀ ਮੀਟਿੰਗ ਕੈਂਸਲ ਕਰਨੀ ਪੈਣੀ ਹੈ ਨਹੀਂ ਨਹੀਂ ਡੈਡੀ ਮੀਟਿੰਗ ਕੈਂਸਲ ਕਰਨੂੰ ਕਰਨੀ ਹੈ ਅਸੀਂ ਦੋਵੇਂ ਇੱਥੇ ਵੇਟ ਕਰਦੇ ਤੁਸੀਂ ਆਪਣੀ ਮੀਟਿੰਗ ਅਟੈਂਡ ਕਰੋ ਅਫਸਰ ਲੋਕ ਹੈ ਬੁਰਾ ਮੰਨ ਜਾਣਗੇ ਬੁਰਾ ਤਾਂ ਡੈਡੀ ਉਹ ਤਾਂ ਮੰਨਣਗੇ ਜੇ ਤੁਸੀਂ ਇੱਥੇ ਆਪਣਾ ਕੰਮ ਛੱਡ ਕੇ ਖੜੇ ਰਹੇ ਉਹ ਕੀ ਕਹਿਣਗੇ ਸਾਡਾ ਕੋਲ ਮਹੀਨਾ ਵਿਲ ਇੰਨਾ ਲਾਪਰਵਾਹ ਆਪਣੇ ਕੰਮ ਨੂੰ ਲੈ ਕੇ ਤੁਹਾਨੂੰ ਜਾਣਾ ਚਾਹੀਦਾ ਠੀਕ ਹੈ ਮੈਂ ਜਾਂਦਾ ਪਰ ਤੁਸੀਂ ਉਹਨਾਂ ਦੇ ਆਦਰ ਸਤਿਕਾਰ ਵਿੱਚ ਕੋਈ ਕਮੀ ਨਾ ਛੱਡਿਓ ਉਹਨਾਂ ਨੂੰ ਘਰ ਲੈ ਕੇ ਆਇਓ ਆਂਦੇ ਸਾਰੀ ਮੈਂ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰਾਂਗਾ ਗੁਰਮਨ ਉੱਧਰ ਖੜਾ ਬਾਈ ਅਸੀਂ ਉਈ ਝਾਕੀ ਜਾਂਦੇ ਉਹ ਭਾਈ ਜਾਨ ਤੂੰ ਕਿੱਥੇ ਸੀ ਉਹ ਸੋਰੀ ਯਾਰ ਯੂਕੇ ਦੀ ਟ੍ਰੈਫਿਕ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਟ੍ਰੈਫਿਕ 'ਚ ਫਸ ਗਿਆ ਸੀ ਆ ਗਿਆ ਚੱਲ ਸਤਿ ਸ਼੍ਰੀ ਅਕਾਲ ਸੁਪਰ ਜੀ ਸਤਿ ਸ਼੍ਰੀ ਅਕਾਲ ਫੈਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗਰਲੀਨ ਬਹੁਤ ਵਧੀਆ ਨਾ ਵਿਆਹ ਤਾਂ ਤੂੰ ਕਰਾਈ ਬੈਠਾ ਸਾਨੂੰ ਫਿਰ ਜਵਾਕ ਹੋਏ ਤੇ ਬੁਲਾ ਲੈਂਦੇ ਹੋਰ ਕਿਆ ਅਸੀਂ ਲੋਹੜੀ ਮਨਾ ਜਾਂਦੇ ਆ ਕੇ ਤੂੰ ਤਾਂ ਬਾਪ ਤੋਂ ਵੀ ਸਿਰਾ ਕਰਤਾ ਉਹਨੇ ਵਿਆਹ ਤੋਂ ਪਹਿਲਾਂ ਬੁਲਾ ਕੇ ਬੇਇੱਜ਼ਤੀ ਕੀਤੀ ਤੂੰ ਵਿਆਹ ਤੋਂ ਬਾਅਦ ਬੁਲਾ ਕੇ ਬੇਇੱਜ਼ਤੀ ਕਰ ਰਿਹਾ ਹਾਂ ਪਾ ਲਓ ਲੁੱਟੀਆਂ ਇਹਨੇ ਤਾਂ ਹੁਣ ਸਾਨੂੰ ਇੱਥੇ ਸਿਰਫ ਖਾਨਾ ਪੂਰਤੀ ਲਈ ਬੁਲਾਇਆ ਬਸ ਓਏ ਮੈਨੂੰ ਵੀ ਕੁਝ ਬੋਲਣ ਦਿਓ ਇਹਨੂੰ ਬੋਲਣ ਦਿਓ ਤੂੰ ਛੱਡਿਆ ਬੋਲਣ ਜੁਗਾ ਕਿਤੇ ਨਾ ਪਿੰਡਾਂ 'ਚ ਨਾ ਰਿਸ਼ਤੇਦਾਰਾਂ 'ਚ ਨਾ ਇਹਨਾਂ ਸਾਰੇ ਅੱਗੇ ਤੂੰ ਆ ਜਿਹੜੀ ਕਰਤੂਤ ਕੀਤੀ ਆ ਨਾ ਹੁਣ ਬਾਕੀ ਜ਼ਿੰਦਗੀ ਇਹਨਾਂ ਰੁੱਸਿਆਂ ਨੂੰ ਬਣਾਉਣ 'ਚ ਨਿਕਲ ਜਾਣੀ ਮੇਰੀ ਵੀਰੇ ਤੂੰ ਤਾਂ ਕਹਿੰਦਾ ਸੀ ਵਿਆਹ ਹੋਣਾ ਆ ਤੂੰ ਤਾਂ ਭਾਬੀ ਨੂੰ ਨਾਲ ਹੀ ਲੈ ਕੇ ਆ ਗਿਆ ਓਏ ਹੋਣਾ ਵਿਆਹ 'ਚ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਮਿਲਣਾ ਹੀ ਆ ਯਾਰ ਨਾਲੇ ਇਹਦੀ ਸਲਾਹ ਨਾਲ ਤਾਂ ਤੁਸੀਂ ਸਾਰੇ ਇੱਥੇ ਆਏ ਹੋ ਵਾਹ ਬਹੁਤ ਅੱਛੇ ਹੈ ਨਾ ਪਰਿਵਾਰ ਦੀ ਸਲਾਹ ਨਾਲ ਕੁੜੀ ਆਉਂਦੀ ਹੁੰਦੀ ਹੈ ਤੂੰ ਕੁੜੀ ਦੀ ਸਲਾਹ ਨਾਲ ਪਰਿਵਾਰ ਲੈ ਗਿਆ ਹੱਥ ਕਰੀ ਜਾਂਦਾ ਯਾਰ ਫੁੱਫੜ ਜੀ ਆਇਓ ਜ਼ਰਾ ਮੈਂ ਤੁਹਾਨੂੰ ਕੁਝ ਸਮਝਾਉਣਾ ਨਾ ਤੂੰ ਐਡਾ ਅਫਸਰ ਲੱਗਿਆ ਤੂੰ ਸਮਝਾਏਗਾ ਮੈਨੂੰ ਹੁਣ ਵੈਸੇ ਫੇਰ ਵੀ ਸੁਣ ਲੈਨੇ ਮੁੰਡਾ ਕਿਆ ਕਹਿੰਦਾ ਫੜੇ ਜੀ ਮੈਂ ਆ ਜਾ ਸੁਣਾ ਫੁੱਫੜ ਤਾਂ ਦਿਸਦਾ ਜੀਜਾ ਤਾਂ ਦਿਸਦਾ ਚੁੱਪ ਚੁੱਪ ਬਸ ਕਰ ਕੋਈ ਨਹੀਂ ਫੁੱਫੜ ਜੀ ਇੱਕ ਪੰਗਾ ਵਿਆਹ ਦਾ ਮੈਂ ਕੁੜੀ ਦੇ ਪਿਓ ਨੂੰ ਝੂਠ ਬੋਲਦਾ ਕਿ ਤੁਸੀਂ ਸਾਰੇ ਅਫਸਰ ਨੂੰ ਉੱਠੇ ਕੰਮ ਕਰਾਊ ਇਹ ਅੱਛਾ ਗੱਲ ਸੁਣ ਇਹ ਕਾਹਦੇ ਵਾਸਤੇ ਬੁਲਾਏ
ਉਹ ਵਜਾਓ ਯਾਰ ਹੁਣ ਬਣੀ ਨਾ ਗੱਲ ਪਾਓ ਵੀ ਪਲੇਟ ਚ ਭੰਗੜੇ ਸਾਡੀ ਵੀਹੀ ਤੋਂ ਲੰਮੀ ਤਾਂ ਗੱਡੀ ਹੈ ਪੂਰਾ ਪਿੰਡ ਚੜਾ ਲੋ ਭਾਵਾਂ ਇਹਦੇ ਚ ਜਗ੍ਹਾ ਤੇ ਬਹੁਤ ਖੁੱਲੀ ਆ ਜੀ ਮੋਟਰ ਤੇ ਹੀ ਘਰ ਪਾਇਆ ਲੱਗਦਾ ਜੀ ਬਾਹਰ ਇੰਨੀ ਜਗ੍ਹਾ ਵਿਹਲੀ ਪਈ ਹੈ ਇੱਥੇ ਮੱਕੀ ਮੁੱਕੀ ਬੀਜ ਲੈਂਦੇ ਸੋ ਫਨੀ ਘਰ ਤੱਕ ਕਿਤੇ ਫਿਰ ਚਿਰਦਾ ਹੀ ਪਾਇਆ ਲੱਗਦਾ ਜੀ ਯੈਸ ਹੈਰੀਟੇਜ ਪ੍ਰੋਪਰਟੀ ਬਹੁਤ ਸਾਲ ਪੁਰਾਣਾ ਘਰ ਹੈ ਅੱਛਾ ਦੇਖ ਲਓ ਜਿਹੜਾ ਕੰਮ ਲੱਗਦੇ ਹੱਥ ਹੋ ਜਾਵੇ ਹੋ ਜਾਵੇ ਹੁਣ ਦੇਖੋ ਪਲਸਤਰ ਰਹਿੰਦਾ ਰਹਿੰਦਾ ਰਹਿ ਹੀ ਗਿਆ ਵੈਰੀ ਫਨੀ ਬਹੁਤ ਦਿਲ ਲੱਗੇਗਾ ਸਾਰੀ ਫੈਮਿਲੀ ਮਜ਼ਾਕੀ ਆ ਹਾਂਜੀ ਡੈਡੀ ਬਹੁਤ ਰੌਣਕੀ ਨੇ ਸਾਰੇ ਛੱਤ ਤੇ ਚਿਮਣੀਆਂ ਹੀ ਬਹੁਤ ਨੇ ਮੈਨੂੰ ਤਾਂ ਲੱਗਦਾ ਗੁੜਗੜ ਵੀ ਘਰੇ ਕੱਢਦੇ ਹੋਣੇ ਆ ਵੈਸੇ ਐਡੇ ਵੱਡੇ ਘਰ ਚ ਝਾੜੂ ਪੋਚਾ ਲਾਉਣਾ ਔਖਾ ਹੀ ਲੱਗਦਾ ਹੋਣਾ ਕਾਹਨੂੰ ਵੀ ਕੰਮ ਵਾਲੀਆਂ ਰੱਖੀਆਂ ਹੋਣਗੀਆਂ ਤਾਂ ਔਖਾ ਡੈਡੀ ਜੀ ਮਾਮਾ ਚਾਚੀ ਭੂਆ ਭੈਣ ਓ ਫੁੱਫੜ ਜੀ ਡੈਡੀ ਜੀ ਮੰਮੀ ਜੀ ਰੋਜ਼ ਕਹਿੰਦੀ ਸੀ ਜਵਾਈ ਬਹੁਤ ਸੋਹਣਾ ਹੈ ਮਾਂ ਤੇ ਕਿਹਾ ਲੈ ਕਈ ਕਹਿੰਦੇ ਪਿਓ ਤੇ ਕਿਹਾ ਨੋ ਫੈਸਲਾ ਜੱਜ ਸਾਹਿਬ ਕਰਨਗੇ ਫਿਰ ਚਾਹ ਇੱਥੇ ਲੈ ਆਈਏ ਜੱਜ ਸਾਹਿਬ ਸੋਰੀ ਸੋਰੀ ਆਪਾਂ ਅੰਦਰ ਚੱਲਦੇ ਹਾਂ ਆਓ ਡੈਡੀ ਜੀ ਫੁੱਲ ਲੈ ਕੇ ਆਏ ਸੀ ਤੁਸੀਂ ਯੈਸ ਦੇ ਦਿਓ ਡੈਡੀ ਚਲੀਏ ਵੈਲਕਮ 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 ਡੈਡੀ ਆਓ ਪਲੀਜ਼